ਜੇ ਤੇ ਆਹ ਫੋਟੋਆਂ ਕਿਹਨਾਂ ਦੀਆਂ ਰੱਖੀਆਂ ਇਹਨਾਂ ਨੇ? ਆ ਦੱਸ ਦਿਓ, ਚਾਹੀਦੀਆਂ ਇੱਥੇ ਗੁਰੂ ਦੀ ਹਜ਼ੂਰੀ 'ਚ? ਜਦੋਂ ਆਪਾਂ ਗੁਰੂ ਘਰ ਲੱਗ ਗਏ ਸਤਿਗੁਰਾਂ ਦੇ ਘਰ ਦੀ ਮਰਿਆਦਾ ਵਾ, ਤੁਹਾਡੇ ਤੇ 295 ਏ ਦਾ ਪਰਚਾ ਦਰਜ ਹੋ ਜਾਣਾ ਪ੍ਰਸ਼ਾਸਨ ਵਾਲਾ। ਮੈਂ ਬੇਨਤੀ ਕੋਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਹੋਵਾਲ ਵਿਖੇ ਪਿਛਲੇ ਕਰੀਬ 40-45 ਸਾਲ ਤੋਂ ਓਮਕਾਰ ਸਿੰਘ ਉਰਫ ਕਾਰੀ ਬਾਬਾ ਆਪਣੇ ਘਰ ਵਿੱਚ ਹੀ ਲੋਕਾਂ ਨੂੰ ਤਾਗੇ, ਰੱਖਾਂ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪਖੰਡਾਂ, ਵਹਿਮਾਂ ਭਰਮਾਂ ਵਿੱਚ ਪਾ ਕੇ ਗੁੰਮਰਾਹ ਕਰ ਰਿਹਾ ਸੀ। ਇਹਨਾਂ ਸਾਰੇ ਕੰਮਾਂ ਲਈ ਉਸਨੇ ਆਪਣੇ ਘਰ ਦੇ ਵਿੱਚ ਹੀ ਰਹਾਇਸ਼ੀ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਸਨ, ਜਿਨ੍ਹਾਂ ਨੂੰ ਉਹ ਢਾਲ ਬਣਾ ਕੇ ਆਪਣਾ ਇਹ ਕੰਮ ਚਲਾ ਰਿਹਾ ਸੀ ਅਤੇ ਲੋਕਾਂ ਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਭਾਵਨਾ ਅਤੇ ਸਤਿਕਾਰ ਨੂੰ ਉਹਨਾਂ ਦੀ ਕਮਜ਼ੋਰੀ ਬਣਾ ਕੇ ਲੋਕਾਂ ਦੀ ਲੁੱਟ ਕਸੁੱਟ ਕਰ ਰਿਹਾ ਸੀ। ਇਸ ਸਾਰੇ ਮਾਮਲੇ ਬਾਰੇ ਬੇਸ਼ੱਕ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਪਤਾ ਸੀ, ਪਰ ਕੋਈ ਵੀ ਇਸ ਸੰਬੰਧੀ ਗੱਲ ਨਹੀਂ ਸੀ ਕਰ ਰਿਹਾ। ਤੁਸੀਂ ਵੀ ਵੇਖੋ ਕਿਵੇਂ ਸਤਿਕਾਰ ਕਮੇਟੀ ਨੇ ਬਾਬੇ ਤੋਂ ਮੰਗਵਾਈਆਂ ਮਾਫੀਆਂ। ਆਪਣੇ ਗੁਰੂ ਗੁਰਦੁਆਰਾ ਸਾਹਿਬ ਸੰਬੰਧ ਵਿੱਚ ਆਪ ਜੀ ਇੱਥੇ ਪਹੁੰਚੇ ਹਾਂ ਅਸੀਂ ਤੁਹਾਡਾ ਇੱਥੇ ਪਹੁੰਚਣ 'ਤੇ, ਅਤੇ ਜੋ ਤੁਸੀਂ ਕਾਰਵਾਈ ਕੀਤੀ ਆ, ਜੋ ਸਾਡਾ ਪਿੰਡ ਵਾਲਿਆਂ ਦਾ ਸਤਿਕਾਰ ਕੀਤਾ, ਪਿੰਡ ਦਾ ਮਾਣ ਕੀਤਾ ਔਰ ਸਾਡੀ ਗੱਲ ਨੂੰ ਸਿਰ ਮੱਥੇ ਕਬੂਲ ਕੀਤਾ, ਅਸੀਂ ਸਾਰੇ ਤੁਹਾਡੇ ਆਈ ਸਤਿਕਾਰ ਕਮੇਟੀ ਦਾ ਸਿਰ ਮੱਥੇ ਧੰਨਵਾਦ ਕਰਦੇ ਹਾਂ, ਜਿਹੜੀ ਤੁਸੀਂ ਪਿੰਡ ਦੀ ਇਹ ਗੱਲ ਰੱਖੀ ਹੈ। ਧੰਨਵਾਦ। ਪਿੱਛੇ ਝੋਨਾ ਜ਼ਿਮੀਦਾਰ ਜਦੋਂ ਮਰਜ਼ੀ ਝੋਨ ਪੈਲੀ 'ਚ ਲਾ ਲੈਂਦਾ ਸੀ, ਮਰਜ਼ਿਆਦਾ ਬਣ ਗਈ ਜਦੋਂ ਦਾ ਗੁਰੂ ਸਾਹਿਬ ਦੀਆਂ ਹੋਈਆਂ ਵਾ, ਨਰਾਦਰ ਹੋਏ ਆ ਕਾਫੀ, ਤੁਹਾਨੂੰ ਪਤਾ ਵਾ ਬੜੇ ਥਾਈ ਬਾਰਾਂ 'ਚ ਆ ਰਿਹਾ, ਸਲੋਨੀ ਕਮੇਟੀ ਦਾ ਲਿਹਾਜ਼ ਵੀ ਨਹੀਂ ਕੀਤਾ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਮੱਗੂਵਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਥਾਣਾ ਮਹਾਲਪੁਰ ਦੇ ਵਿੱਚ ਇਸ ਨਗਰ ਵਿੱਚ ਪਹੁੰਚੇ ਹਾਂ। ਇੱਥੇ ਓਮਕਾਰ ਸਿੰਘ ਦੇ ਨਾਂ ਦੇ ਇੱਕ ਵਿਅਕਤੀ ਆਪਣੇ ਘਰ ਵਿੱਚ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਕੀਤੇ ਸਨ। ਕੋਈ ਸਤਿਗੁਰਾਂ ਦਾ ਸੁੱਖ ਆਸਣ ਨਹੀਂ ਸੀ, ਲੋਕਾਂ ਦੇ ਕੋਲ ਫੋਨ ਦੇ ਉੱਤੇ ਵੀ ਕਹਿਣਾ ਕਿ ਤੁਹਾਡੇ ਸ਼ਹਿ ਦਾ ਪਹਿਰਾ ਹੈ, ਇੱਦਾਂ ਦੇ ਨਾਂ ਦੱਸ ਕੇ ਸਹਿਜ ਪਾਠ ਦੀ 15,000 ਰੁਪਇਆ ਭੇਟਾ ਲੈਣੀ ਅਤੇ ਪਾਠੀਆਂ ਨੂੰ 3500 ਦੇਣਾ, ਇਹ ਪ੍ਰਪੰਚ ਰਚਿਆ ਸੀ। ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਦੋਂ ਪਿੰਡ ਦੀ ਪੰਚਾਇਤ ਦੇ ਵਿੱਚ ਬਹਿ ਕੇ ਗੱਲਬਾਤ ਹੋਈ, ਓਮਕਾਰ ਸਿੰਘ ਨੇ ਆਪਣੀ ਗਲਤੀ ਮੰਨੀ ਅਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋਣ ਵਾਸਤੇ ਵੀ ਉਹਨੇ ਮੰਨਿਆ ਕਿ ਮੈਂ ਜਾਵਾਂਗਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਇਹਨਾਂ ਪਖੰਡੀਆਂ ਕੋਲੋਂ ਬਚੋ ਅਤੇ ਪਖੰਡੀਆਂ ਨੂੰ ਤਾੜਨਾ ਕਰਦੇ ਹਾਂ ਕਿ ਐਸਾ ਜਲੂਸ ਕੱਢਾਂਗੇ ਪ੍ਰਸ਼ਾਸਨ ਦਾ ਸੰਯੋਗ ਲੈ ਕਰਕੇ। ਲੋਕ ਕੁਰਮਾ ਭਾਈਚਾਰੇ ਵਾਲੇ ਆਪਾਂ ਬਾਜ ਆ ਜਾਈਏ, ਜਿਹੜਾ ਇੱਦਾਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹ ਹਟ ਜਾਈਏ। ਬੇਨਤੀ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।